इनविटेशन कार्ड लिया ना मैंने, क्या हो रहा है, ये गलत बात है ना भाई, प्लीज कर लो आप थोड़ा, आप लोगों को थोड़ा बेचने का जरिया है, हम लोगों की लाइफ है, क्या कर रहे हो आप लोग, क्या मजाक हो जा रखा है आप लोगों ने, ये क्या कर रहा है, ये कोई तमाशा है। गैंगस्टर काला जठेड़ी अते लेडी डॉन अनुराधा चौधरी दा अज व्याह होण जा रहा है, ते इस दौरान पहलियां तस्वीरां अनुराधा चौधरी लेडी डॉन दियां सामने आईयां ने। लाल जोड़े दे विच अनुराधा चौधरी जो है वह पैलेस दे विच पहुंच चुकी है, तो यह पहलियां तस्वीरां तुहानू न्यूज़ 18 दे उत्ते दिखा रहे हैं। दस दिए कि अज गैंगस्टर काला जठेड़ी अते लेडी डॉन अनुराधा चौधरी दा व्याह होण वाला है। ਕਾਲਾ ਜਠੇੜੀ ਤੇ ਅਨੁਰਾਧਾ ਚੌਧਰੀ ਅੱਜ ਵਿਆਹ ਦੇ ਬੰਧਨ ਦੇ ਵਿੱਚ ਬੱਝਣਗੇ। ਦੱਸ ਦਈਏ ਕਿ ਤਿਹਾੜ ਜੇਲ੍ਹ ਤੋਂ 6 ਘੰਟੇ ਦੇ ਲਈ ਬਾਹਰ ਆਵੇਗਾ ਗੈਂਗਸਟਰ ਕਾਲਾ ਜਠੇੜੀ। ਪੁਲਿਸ ਦੇ ਪਹਿਰੇ ਵਿਚਾਲੇ ਹੋਵੇਗਾ ਵਿਆਹ, ਤੇ ਪੁਲਿਸ ਦੇ ਵੱਲੋਂ ਇਸ ਵਿਆਹ ਨੂੰ ਲੈ ਕੇ ਸਖਤ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਨੇ। ਤਾਂ ਦੱਸ ਦਈਏ ਕਿ ਜੋ ਗੈਂਗਸਟਰ ਕਾਲਾ ਜਠੇੜੀ ਹੈ ਉਹ ਦਿੱਲੀ ਦੀ ਤਿਹਾੜ ਜੇਲ੍ਹ ਦੇ ਵਿੱਚ ਬੰਦ ਹੈ, ਅਤੇ ਤਿਹਾੜ ਜੇਲ੍ਹ ਤੋਂ 7 ਕਿਲੋਮੀਟਰ ਦੂਰ ਦੇ ਉੱਤੇ ਹੀ ਇੱਕ ਬੈਂਕੁਇਟ ਹਾਲ ਹੈ, ਉਸਨੂੰ ਬੁੱਕ ਕੀਤਾ ਗਿਆ ਵਿਆਹ ਦੇ ਲਈ। ਤਾਂ ਉੱਥੇ ਦੀਆਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ, ਜਿੱਥੇ ਕਿ ਜੋ ਲੇਡੀ ਡੌਨ ਅਨੁਰਾਧਾ ਚੌਧਰੀ ਹੈ ਉਹ ਪਹੁੰਚ ਚੁੱਕੀ ਹੈ, ਅਤੇ ਹੁਣ ਇੰਤਜ਼ਾਰ ਹੋ ਰਿਹਾ ਗੈਂਗਸਟਰ ਕਾਲਾ ਜਠੇੜੀ ਦਾ, ਜਿਨ੍ਹਾਂ ਨੂੰ 6 ਘੰਟੇ ਦੀ ਪੈਰੋਲ ਦਿੱਤੀ ਗਈ ਹੈ ਕੋਰਟ ਦੇ ਵੱਲੋਂ। ਤਾਂ ਦੱਸ ਦਈਏ ਕਿ ਕੱਲ੍ਹ ਨੂੰ ਯਾਨੀ ਕਿ 13 ਮਾਰਚ ਨੂੰ ਗ੍ਰਹਿ ਪ੍ਰਵੇਸ਼ ਦੇ ਲਈ ਵੀ 3 ਘੰਟੇ ਦੀ ਪੈਰੋਲ ਜੋ ਹੈ ਗੈਂਗਸਟਰ ਕਾਲਾ ਜਠੇੜੀ ਨੂੰ ਦਿੱਤੀ ਗਈ ਹੈ। ਤਾਂ ਇਸ ਸਮੇਂ ਦੀ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ, ਤਾਂ ਲੇਡੀ ਡੌਨ ਜੋ ਹੈ ਉਹ ਪਹੁੰਚ ਚੁੱਕੀ ਹੈ ਪੈਲਸ ਦੇ ਬਾਹਰ, ਅਤੇ ਗੈਂਗਸਟਰ ਕਾਲਾ ਜਠੇੜੀ ਦਾ ਹੁਣ ਇੰਤਜ਼ਾਰ ਕੀਤਾ ਜਾ ਰਿਹਾ। ਹਾਲਾਂਕਿ ਇਸ ਦੌਰਾਨ ਜੋ ਲੇਡੀ ਡੌਨ ਅਨੁਰਾਧਾ ਚੌਧਰੀ ਹੈ ਥੋੜ੍ਹਾ ਗੁੱਸੇ ਦੇ ਵਿੱਚ ਵੀ ਨਜ਼ਰ ਆਈ ਹੈ। ਤਾਂ ਇਹ ਪਹਿਲੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ, ਲਾਲ ਜੋੜੇ ਦੇ ਵਿੱਚ ਸਜੀ ਹੋਈ ਨਜ਼ਰ ਆ ਰਹੀ ਹੈ ਅਨੁਰਾਧਾ ਚੌਧਰੀ। ਤਾਂ ਦੱਸ ਦਈਏ ਕਿ ਦਿੱਲੀ ਦੀ ਤਿਹਾੜ ਜੇਲ੍ਹ ਦੇ ਵਿੱਚ ਗੈਂਗਸਟਰ ਕਾਲਾ ਜਠੇੜੀ ਬੰਦ ਹੈ, ਅਤੇ ਦੋਵੇਂ ਹੁਣ ਵਿਆਹ ਕਰਵਾਉਣ ਦੇ ਲਈ ਜਾ ਰਹੇ ਨੇ। ਦੱਸ ਦਈਏ ਕਿ ਲੇਡੀ ਡੌਨ ਅਨੁਰਾਧਾ ਚੌਧਰੀ ਵੀ ਜੇਲ੍ਹ ਦੇ ਵਿੱਚ ਜਾ ਚੁੱਕੀ ਹੈ, ਅਤੇ ਗੈਂਗਸਟਰ ਕਾਲਾ ਜਠੇੜੀ ਇਸ ਸਮੇਂ ਦਿੱਲੀ ਦੀ ਤਿਹਾੜ ਜੇਲ੍ਹ ਦੇ ਵਿੱਚ ਬੰਦ ਹੈ, ਜਿਸ ਨੂੰ ਕਿ 6 ਘੰਟੇ ਦੀ ਪੈਰੋਲ ਦਿੱਤੀ ਗਈ ਹੈ, ਅਤੇ ਪੈਰੋਲ 'ਤੇ ਆਉਣ ਤੋਂ ਬਾਅਦ ਉਸਦਾ ਵਿਆਹ ਹੋਵੇਗਾ। ਇਨਵੀਟੇਸ਼ਨ ਕਾਰਡ ਲਿਆ ਨਾ ਮੈਨੇ, ਕਿਆ ਹੋ ਰਿਹਾ ਹੈ, ਇਹ ਗਲਤ ਬਾਤ ਹੈ ਨਾ ਭਾਈ, ਪਲੀਜ਼ ਕਰ ਲਓ ਆਪ ਥੋੜ੍ਹਾ, ਆਪ ਲੋਗੋਂ ਕੋ ਥੋੜ੍ਹਾ ਬੇਇੱਜ਼ਤੀ ਕਾ ਜ਼ਰੀਆ ਹੈ, ਹਮ ਲੋਗੋਂ ਕੀ ਲਾਈਫ ਹੈ, ਕਿਆ ਕਰ ਰਹੇ ਹੋ ਆਪ ਲੋਗ, ਕਿਆ ਮਜ਼ਾਕ ਹੋ ਜਾ ਰਿਹਾ ਹੈ ਆਪ ਲੋਗੋਂ ਨੇ, ਇਹ ਕਿਆ ਕਰੀ ਹੈ, ਇਹ ਕੋਈ ਤਮਾਸ਼ਾ ਹੈ। ਗੈਂਗਸਟਰ ਕਾਲਾ ਜਠੇੜੀ ਅਤੇ ਲੇਡੀ ਡੌਨ ਅਨੁਰਾਧਾ ਚੌਧਰੀ ਦਾ ਅੱਜ ਵਿਆਹ ਹੋਣ ਜਾ ਰਿਹਾ ਹੈ, ਅਤੇ ਇਸ ਦੌਰਾਨ ਪਹਿਲੀਆਂ ਤਸਵੀਰਾਂ ਅਨੁਰਾਧਾ ਚੌਧਰੀ ਲੇਡੀ ਡੌਨ ਦੀਆਂ ਸਾਹਮਣੇ ਆਈਆਂ ਨੇ। ਲਾਲ ਜੋੜੇ ਦੇ ਵਿੱਚ ਅਨੁਰਾਧਾ ਚੌਧਰੀ ਜੋ ਹੈ ਉਹ ਪੈਲਸ ਦੇ ਵਿੱਚ ਪਹੁੰਚ ਚੁੱਕੀ ਹੈ। ਤਾਂ ਇਹ ਪਹਿਲੀਆਂ ਤਸਵੀਰਾਂ ਤੁਹਾਨੂੰ ਨਿਊਜ਼ 18 ਦੇ ਉੱਤੇ ਦਿਖਾ ਰਹੇ ਹਾਂ। ਦੱਸ ਦਈਏ ਕਿ ਅੱਜ ਗੈਂਗਸਟਰ ਕਾਲਾ ਜਠੇੜੀ ਅਤੇ ਲੇਡੀ ਡੌਨ ਅਨੁਰਾਧਾ ਚੌਧਰੀ ਦਾ ਵਿਆਹ ਹੋਣ ਵਾਲਾ ਹੈ। ਕਾਲਾ ਜਠੇੜੀ ਅਤੇ ਅਨੁਰਾਧਾ ਚੌਧਰੀ ਅੱਜ ਵਿਆਹ ਦੇ ਬੰਧਨ ਦੇ ਵਿੱਚ ਬੱਝਣਗੇ। ਦੱਸ ਦਈਏ ਕਿ ਤਿਹਾੜ ਜੇਲ੍ਹ ਤੋਂ 6 ਘੰਟੇ ਦੇ ਲਈ ਬਾਹਰ ਆਵੇਗਾ ਗੈਂਗਸਟਰ ਕਾਲਾ ਜਠੇੜੀ। ਪੁਲਿਸ ਦੇ ਪਹਿਰੇ ਵਿਚਾਲੇ ਹੋਵੇਗਾ ਵਿਆਹ, ਅਤੇ ਪੁਲਿਸ ਦੇ ਵੱਲੋਂ ਇਸ ਵਿਆਹ ਨੂੰ ਲੈ ਕੇ ਸਖਤ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਨੇ। ਤਾਂ ਦੱਸ ਦਈਏ ਕਿ ਜੋ ਗੈਂਗਸਟਰ ਕਾਲਾ ਜਠੇੜੀ ਹੈ ਉਹ ਦਿੱਲੀ ਦੀ ਤਿਹਾੜ ਜੇਲ੍ਹ ਦੇ ਵਿੱਚ ਬੰਦ ਹੈ, ਅਤੇ ਤਿਹਾੜ ਜੇਲ੍ਹ ਤੋਂ 7 ਕਿਲੋਮੀਟਰ ਦੂਰ ਦੇ ਉੱਤੇ ਹੀ ਇੱਕ ਬੈਂਕੁਇਟ ਹਾਲ ਹੈ, ਉਸਨੂੰ ਬੁੱਕ ਕੀਤਾ ਗਿਆ ਵਿਆਹ ਦੇ ਲਈ। ਤਾਂ ਉੱਥੇ ਦੀਆਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ, ਜਿੱਥੇ ਕਿ ਜੋ ਲੇਡੀ ਡੌਨ ਅਨੁਰਾਧਾ ਚੌਧਰੀ ਹੈ ਉਹ ਪਹੁੰਚ ਚੁੱਕੀ ਹੈ, ਅਤੇ ਹੁਣ ਇੰਤਜ਼ਾਰ ਹੋ ਰਿਹਾ ਗੈਂਗਸਟਰ ਕਾਲਾ ਜਠੇੜੀ ਦਾ, ਜਿਨ੍ਹਾਂ ਨੂੰ 6 ਘੰਟੇ ਦੀ ਪੈਰੋਲ ਦਿੱਤੀ ਗਈ ਹੈ ਕੋਰਟ ਦੇ ਵੱਲੋਂ। ਤਾਂ ਦੱਸ ਦਈਏ ਕਿ ਕੱਲ੍ਹ ਨੂੰ ਯਾਨੀ ਕਿ 13 ਮਾਰਚ ਨੂੰ ਗ੍ਰਹਿ ਪ੍ਰਵੇਸ਼ ਦੇ ਲਈ ਵੀ 3 ਘੰਟੇ ਦੀ ਪੈਰੋਲ ਜੋ ਹੈ ਗੈਂਗਸਟਰ ਕਾਲਾ ਜਠੇੜੀ ਨੂੰ
ਦਿੱਤੀ ਗਈ ਹੈ। ਤਾਂ ਇਸ ਸਮੇਂ ਦੀ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ ਤਾਂ ਲੇਡੀ ਡੌਨ ਜੋ ਹੈ ਉਹ ਪਹੁੰਚ ਚੁੱਕੀ ਹੈ ਪੈਲਸ ਦੇ ਬਾਹਰ ਅਤੇ ਗੈਂਗਸਟਰ ਕਾਲਾ ਜਠੇੜੀ ਦਾ ਹੁਣ ਇੰਤਜ਼ਾਰ ਕੀਤਾ ਜਾ ਰਿਹਾ। ਹਾਲਾਂਕਿ ਇਸ ਦੌਰਾਨ ਜੋ ਲੇਡੀ ਡੌਨ ਅਨੁਰਾਧਾ ਚੌਧਰੀ ਹੈ ਥੋੜ੍ਹਾ ਗੁੱਸੇ ਦੇ ਵਿੱਚ ਵੀ ਨਜ਼ਰ ਆਈ ਹੈ। ਤਾਂ ਇਹ ਪਹਿਲੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ, ਲਾਲ ਜੋੜੇ ਦੇ ਵਿੱਚ ਸਜੀ ਹੋਈ ਨਜ਼ਰ ਆ ਰਹੀ ਹੈ ਅਨੁਰਾਧਾ ਚੌਧਰੀ। ਤਾਂ ਦੱਸ ਦਈਏ ਕਿ ਦਿੱਲੀ ਦੀ ਤਿਹਾੜ ਜੇਲ੍ਹ ਦੇ ਵਿੱਚ ਗੈਂਗਸਟਰ ਕਾਲਾ ਜਠੇੜੀ ਬੰਦ ਹੈ ਅਤੇ ਦੋਵੇਂ ਹੁਣ ਵਿਆਹ ਕਰਵਾਉਣ ਦੇ ਲਈ ਜਾ ਰਹੇ ਨੇ। ਦੱਸ ਦਈਏ ਕਿ ਲੇਡੀ ਡੌਨ ਅਨੁਰਾਧਾ ਚੌਧਰੀ ਵੀ ਜੇਲ੍ਹ ਦੇ ਵਿੱਚ ਜਾ ਚੁੱਕੀ ਹੈ ਅਤੇ ਗੈਂਗਸਟਰ ਕਾਲਾ ਜਠੇੜੀ ਇਸ ਸਮੇਂ ਦਿੱਲੀ ਦੀ ਤਿਹਾੜ ਜੇਲ੍ਹ ਦੇ ਵਿੱਚ ਬੰਦ ਹੈ, ਜਿਸ ਨੂੰ ਕਿ 6 ਘੰਟੇ ਦੀ ਪੈਰੋਲ ਦਿੱਤੀ ਗਈ ਹੈ ਅਤੇ ਪੈਰੋਲ 'ਤੇ ਆਉਣ ਤੋਂ ਬਾਅਦ ਉਸਦਾ ਵਿਆਹ ਹੋਵੇਗਾ।